ਸ਼੍ਰੀਕਾਲ ਜੀ ਕੀ ਹਾਲ ਚਾਲ ਤੇ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ। ਵੀਡੀਓ ਆ ਉਹ ਆਪਾਂ ਲੈ ਕਹਿੰਦੇ ਆ ਕੱਪੜੇ ਸੇਲ ਕਰਨ ਵਾਸਤੇ। ਮੈਂ ਲਾਈਕ ਸ਼ੌਪ ਕੀਤੀ ਆ, ਕੇਰਾਂ ਤਾਂ ਸ਼ੁਰੂ ਕੀਤਾ ਕੰਮ ਘਰੇ ਹੀ, ਅਤੇ ਤੁਹਾਨੂੰ ਦਿਖਾਉਣੇ ਆ ਕੱਪੜੇ ਨਾਲ ਦੀ ਨਾਲ, ਅਤੇ ਅੱਜ ਸ਼ੁਰੂ ਕਰਦੇ ਹਾਂ ਆਪਾਂ। ਦੇਖੋ ਬਈ ਪਰ ਹੈ ਕੇਰਾਂ ਇਹ ਬੋਇਜ਼ ਦੇ ਲਈ ਆ, ਮੁੰਡਿਆਂ ਦੇ ਲਈ ਆ। ਸਾਈਜ਼ ਆਪਣੇ ਕੋਲ ਦੋ ਤਿੰਨ ਹੈਗੇ ਆ, ਹੈਗਾ ਐਕਸਲ ਐਕਸਲ ਆ ਸਾਈਜ਼ ਦੇਖ ਲਓ, ਠੀਕ ਆ। ਬਾਹਲੀ ਮਹਿੰਗੀ ਨਹੀਂ ਕੋਈ, ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਜਿਹੜੀ ਇਹ 200 ਦੀ ਮਿਲਦੀ ਹੈ, ਆਪਾਂ ਤੁਹਾਨੂੰ 200 ਤੋਂ ਘੱਟ ਦੇ ਦਾਂਗੇ, ਠੀਕ ਆ। ਜਦੋਂ ਕੋਈ ਵਿਜ਼ਿਟ ਕਰੂਗਾ ਆਪਾਂ ਉਹਦੇ ਨਾਲ ਸਾਰਾ ਰੇਟ ਦੱਸ ਦਾਂਗੇ, ਪਰ ਇੰਨਾ ਵੀ ਬਾਜ਼ਾਰ ਨਾਲੋਂ ਸਸਤੀ ਦੇ ਦਾਂਗੇ। 200 ਦੀ ਮਿਲਦੀ ਆ ਬਾਜ਼ਾਰ 'ਚ, ਉਦੋਂ ਥੋੜ੍ਹੀ ਸਸਤੀ ਦੇ ਦਾਂਗੇ ਆਪਾਂ, ਠੀਕ ਆ। ਆਹ ਦੇਖ ਲਓ, ਬਾਕੀ ਆ ਗਏ ਕੱਪੜਾ ਕੁਪੜਾ ਆ ਕੇ ਵੇਖ ਲਿਓ, ਠੀਕ ਆ। ਅਤੇ ਜਿੱਦਾਂ ਲੋਅਰਾਂ ਪਈਆਂ ਆਪਣੇ ਕੋਲ, ਲੋਅਰਾਂ ਦੇਖ ਲਓ ਬਈ, ਲੋਅਰਾਂ ਜਿੰਨੀ ਦੀ ਇਹ ਬਾਜ਼ਾਰ 'ਚ ਮਿਲਦਾ ਹੋਣਾ 350-400 ਦੀ ਮਿਲਦੀ ਆ ਬਾਜ਼ਾਰ 'ਚ ਇਹ ਲੋਅਰ, ਆਹ ਦੇਖ ਲਓ। ਬਾਕੀ ਆ ਕੇ ਕੱਪੜਾ ਦੇਖ ਲਓ, ਅਤੇ ਬਾਜ਼ਾਰ ਨਾਲੋਂ ਸਸਤੀ 400 ਤੋਂ ਸਸਤੀ ਦੇ ਦਾਂਗੇ ਆਪਾਂ, ਠੀਕ ਆ। ਅਤੇ ਉਦੋਂ ਥੋੜ੍ਹੀਆਂ ਜਿਹੀਆਂ ਸਸਤੀਆਂ ਹੈਗੀਆਂ ਆਪਣੇ ਕੋਲ, ਸਾਈਜ਼ ਵੀ ਹੈਗੇ ਆਪਣੇ ਕੋਲ, ਤਿੰਨ ਸਾਈਜ਼ ਆ ਬਾਈ, ਤਿੰਨ ਸਾਈਜ਼ 'ਚ ਲੈ ਕੇ ਆਉਂਦੀਆਂ। ਮਾੜਾ ਮੋਟਾ ਕਵਾਲਿਟੀ ਇਹ ਵੀ ਫਰਕ ਹੋ ਸਕਦਾ, ਚੰਗੀ ਨਹੀਂ ਗੱਲ, ਕਿਉਂਕਿ ਆਪਾਂ ਕੰਮ ਵੀ ਜੇ ਨਵਾਂ ਨਵਾਂ ਹੀ। ਆਹ ਦੇਖੋ ਲਓ ਬਾਈ, ਆਹ ਸਾਈਜ਼ ਵੱਡਾ ਵਾ, ਬਾਹਰ ਲਿਖਿਆ ਐਕਸਲ ਹੈ ਜੀ, ਇਹ ਐਕਸਲ ਆ, ਆਹ ਛੋਟੀ ਉਦੋਂ, ਅਤੇ ਲੋਅਰ 'ਚ ਐਕਸਲ ਸਾਈਜ਼ ਆ। ਇਹ ਵੀ ਉਹੀ ਬਾਜ਼ਾਰ 'ਚ ਜਿਹੜੀ 400-500 ਦੀ ਆ, ਉਹ ਆਪਾਂ ਤੁਹਾਨੂੰ ਹੋਰ ਬਾਜ਼ਾਰ ਨਾਲੋਂ ਸਸਤੀ ਦੇ ਦਾਂਗੇ, ਆਹ ਦੇਖ ਲਓ। ਅਤੇ ਕੱਪੜਾ ਕੁਪੜਾ ਆ ਕੇ ਚੈੱਕ ਕਰ ਲਿਓ, ਹੁਣ ਤੁਹਾਨੂੰ ਦਾ ਕੱਪੜਾ ਦੇਖ ਨਹੀਂ ਸਕਦੇ, ਪਰ ਇੰਨਾ ਵੀ ਬਈ ਜੇ ਤੁਸੀਂ ਆਓਗੇ ਤਾਂ ਐਂ ਨਹੀਂ ਗਾ ਕਿ ਆਪਾਂ ਤੁਹਾਨੂੰ ਦੱਸਤਾ ਜਿਵੇਂ, ਹੈ ਨਾ, ਵੀ ਬਾਜ਼ਾਰ ਨਾਲੋਂ ਸਸਤੀ ਜਾਵਾਂਗੇ, ਜਿਹੜੀ ਆ ਬਾਜ਼ਾਰ 'ਚ 500 ਦੀ ਉਦੋਂ ਸਸਤੀ ਦੇ ਦਾਂਗੇ, ਠੀਕ ਆ। ਅਤੇ ਜਿਹੜੇ ਵਾਈਟ ਦੇ ਸ਼ੌਕੀਨ ਆ ਭਰਾ ਮੇਰੇ, ਆ ਜਾਓ ਵਾਈਟ ਦਿਖਾ ਦਈਏ ਤੁਹਾਨੂੰ ਹੁਣ ਆਪਾਂ। ਲਓ ਬਾਈ, ਆ ਵਾਈਟ ਦੇ ਸ਼ੌਕੀਨ ਆ ਜਿਹੜੇ ਬਾਈ ਮੇਰੇ, ਜਮਾਂ ਐਨ ਗਰਮੀ ਵਾਲਾ ਕੱਪੜਾ ਜਿਹੜਾ ਹੁੰਦਾ ਵਾ, ਇਹਦਾ ਕਹਿ ਨਹੀਂ ਦਿੰਦੇ ਆਪਣੇ ਵੀ ਬਲੈਨ ਵਾਲਾ ਕੱਪੜਾ ਚਾਹੀਦਾ, ਬਲੈਨ ਵਾਲਾ ਕੱਪੜਾ ਜਮਾਂ ਗਰਮੀ 'ਚ ਐਨ ਕੋਟਨ, ਪਿਓਰ ਕੋਟਨ। ਆਹ ਦੇਖ ਲਓ, ਚੈੱਕ ਕਰ ਲਓ ਬਾਬੇ, ਠੀਕ ਆ ਨਾ, ਜਮਾਂ ਜਾਇਜ਼ ਰੇਟਾਂ 'ਤੇ ਵੀ, ਜਿੰਨੇ ਵੀ ਬਾਜ਼ਾਰ 'ਚ ਤੁਹਾਨੂੰ ਲੱਗਦਾ ਵੀ ਬਾਈ ਬਾਜ਼ਾਰ 'ਚ ਇੰਨੇ ਦੀ ਦਿੰਦੇ ਆ, ਉਦੋਂ ਆਪਾਂ ਸਸਤੀ ਦੇ ਦਾਂਗੇ, ਤੁਹਾਨੂੰ ਗੱਲ ਪੱਕੀ ਕਰਤੀ, ਠੀਕ ਆ। ਜਿੰਨੇ ਵੀ ਬਾਜ਼ਾਰ 'ਚ ਦਿੰਦੇ ਆ ਉਦੋਂ ਸਸਤੀ ਦੇ ਦਾਂਗੇ ਆਪਾਂ। ਅਤੇ ਸਭ ਤੋਂ ਘੈਂਟ ਚੀਜ਼ ਆਹ ਦੇਖੋ, ਜਿਹੜੇ ਕਾਲਰਾਂ ਵਾਲੀ ਪਾਉਣ ਦੇ ਸ਼ੌਕੀਨ ਆ ਬਾਈ ਮੇਰੇ, ਕਾਲਰਾਂ ਵਾਲਾ ਕੱਪੜਾ ਪਾਉਣ ਦੇ ਸ਼ੌਕੀਨ ਆ ਜਿਹੜੇ, ਆਹ ਲਓ ਬਾਈ, ਸਾਈਜ਼ ਹੈਗਾ ਇਹਦਾ ਐਮ ਸਾਈਜ਼ ਆ, ਅਤੇ ਤਿੰਨ ਸਾਈਜ਼ ਆਪਣੇ ਕੋਲ ਪਏ ਆ, ਇਹ ਐਮ ਐਕਸਐਲ ਅਤੇ ਐਲ, ਤਿੰਨ ਸਾਈਜ਼ ਦੇ ਵਿੱਚ ਆ, ਐਮ ਸਾਈਜ਼ 'ਚ ਆ, ਠੀਕ ਆ। ਕੱਪੜੇ ਦਾ ਕਲਰ ਹੋਰ ਵੀ ਹੋਣਗੇ ਆਪਣੇ ਕੋਲ, ਉਹ ਤੁਹਾਨੂੰ ਸਾਰੇ ਦਿਖਾ ਦਾਂਗੇ ਜਦੋਂ ਤੁਸੀਂ ਆ ਗਏ, ਠੀਕ ਆ। ਕਲਰ ਕੁਲਰ ਆਪਾਂ ਬਹੁਤ ਘੈਂਟ ਲੈ ਕੇ ਆਉਂਦੇ ਹਾਂ, ਐਨ ਵੀ ਚੌਣਕੇ ਨਾ, ਕਿਉਂਕਿ ਆਪਾਂ ਮੈਂ ਆਪਦੇ ਆਪਦੇ ਸੋਚ ਸਿੱਧਾ ਰੱਖ ਦੂੰ, ਮੈਂ ਆਪਦੇ ਸੋਚ ਆਪਦੇ ਹਿਸਾਬ ਨਾਲ ਸੋਚ ਕੇ ਲੈ ਕੇ ਆਉਂਦੇ ਵੀ ਜਿਹੜੇ ਆਪਾਂ ਪਾਉਂਦੇ ਹਾਂ। ਦੇਖੋ ਬਈ ਕਿੰਨਾ ਸੋਹਣਾ ਬੋਸ ਵਾਲਾ ਵਾ, ਅਤੇ ਬੋਸ ਬਣ ਜਾਓ ਪਾ ਕੇ, ਠੀਕ ਆ। ਦੇਖੋ ਇੱਧਰ ਜਮਾਂ ਯਾਰ ਜਾਇਜ਼ ਜੇ ਕਿ ਵੀ ਬਾਜ਼ਾਰ 'ਚ ਜਿੰਨੇ ਦਾ ਤੁਹਾਨੂੰ ਮਿਲਦਾ ਹੋਇਆ ਨਾ, ਤੁਸੀਂ ਦੱਸ ਦਿਓ ਇੰਨੇ ਦਾ ਬਈ ਬਾਜ਼ਾਰ 'ਚ ਤਾਂ ਮਿਲਦਾ, ਆਪਾਂ ਉਦੋਂ ਤੁਹਾਨੂੰ ਥੋੜ੍ਹਾ ਜਿਹਾ ਸਸਤਾ ਦੇ ਦਾਂਗੇ, ਠੀਕ ਆ। ਆ ਜਾਓ ਇੱਧਰ, ਹੋਰ ਘੈਂਟ ਸੀਗਾ ਆਪਣੇ ਕੋਲ, ਹੋਰ ਵੀ ਪਈਆਂ ਕਲਰ ਕੁਲ ਵੀ ਕਲਰ ਕਲਰ ਐਨ ਕਲਰ ਹੁਣ ਦਿਖਾ ਦਿੰਦੇ ਹਾਂ ਆਪਾਂ ਤੁਹਾਨੂੰ, ਜਿਵੇਂ ਦੱਸ ਕੇ ਹਟਿਆ ਵਾ ਵੀ ਐਨ ਸਿਰਾ ਦੀ ਚੱਲ ਲੈ ਕੇ ਆਉਂਦੇ ਆਪਾਂ, ਠੀਕ ਆ ਨਾ। ਲਓ ਬਾਈ, ਪੂਰੀਆਂ ਬਾਹਾਂ ਦੀ ਕੀ ਆ ਗਈ, ਪੂਰੀਆਂ ਦੀ ਆ, ਰੰਗ ਵੀ ਦੇਖ ਲਓ ਕਿਵੇਂ ਲੱਗਿਆ, ਅਤੇ ਬਾਹਾਂ ਵੀ ਪੂਰੀਆਂ ਦੇ ਡਿਜ਼ਾਇਨ ਦੇਖ ਲਓ, ਕਲਰ ਵਾਲੀ ਵੀ ਆ, ਠੀਕ ਆ ਨਾ, ਓਕੇ ਆ ਨਾ। ਅਤੇ ਇੱਕ ਹੋਰ ਦਿਖਾਉਣਾ ਵਾ, ਲਓ ਬਈ ਆਹ ਹੈਗੀ ਆ ਕਾਲਰਾਂ ਦੇ ਵਿੱਚ ਅੱਧੀਆਂ ਬਾਹਾਂ ਦੀ, ਆਹ ਦੇਖ ਲਓ ਆਹ ਕਾਲਰਾਂ ਵਾਲੀ ਅੱਧੀਆਂ ਬਾਹਾਂ ਦੇ ਵਿੱਚ
ਇਹਦੇ ਵਿੱਚ ਡਿਜ਼ਾਈਨ ਜਿਵੇਂ ਆਹ ਡਿਜ਼ਾਈਨ ਦੇ ਵਿੱਚ ਪੂਰੀਆਂ ਬਾਹਾਂ ਦੀ ਆਹ ਅੱਧੀਆਂ ਬਾਹਾਂ ਦੀ ਆ ਤੇ ਕਲਰ ਵੇਖ ਲਓ ਇਹਦਾ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਤਾ ਵੀ ਜਿੰਨਾ ਤੁਹਾਨੂੰ ਲੱਗਦਾ ਵੀ ਬਾਜ਼ਾਰ ਦੇ ਵਿੱਚ ਜਿੰਨੇ ਦੀ ਦਿੰਦਾ ਜੇ 500 ਦੀ ਦਿੰਦਾ ਨਾ ਤਾਂ ਆਪਾਂ ਤੁਹਾਨੂੰ 450 ਦੀ ਦੇ ਦਾਂਗੇ ਠੀਕ ਆ ਸਿੱਧੀ ਗੱਲ ਜਿੰਨਾ ਤੁਹਾਨੂੰ ਲੱਗਿਆ ਵੀ ਬਈ ਅਗਲਾ ਬਾਜ਼ਾਰ 'ਚ ਇੰਨੇ ਦੀ ਤਾਂ ਦਿੰਦਾ ਤੇ ਆਪਾਂ ਉਦੋਂ ਤੁਹਾਨੂੰ 5-10% ਸਸਤੀ ਦੇਵਾਂਗੇ ਇਹ ਨਹੀਂ ਆ ਕੇ ਆਪਾਂ ਉਨੇ ਦੀ ਹੀ ਦੇਵਾਂਗੇ ਆਹ ਲੋਹਰਾਂ ਬਈ ਕੱਪੜੇ ਦੇ ਵਿੱਚ ਚਾਹੇ ਲੋਹਰਾਂ ਆਪਾਂ ਕੀ ਆ ਕੇ ਪਤਾ ਲੱਗੂਗਾ ਹੁਣ ਫੋਨ 'ਤੇ ਤਾਂ ਕੱਪੜਾ ਪਤਾ ਨਹੀਂ ਲੱਗਣਾ ਹੈਗਾ ਆ ਗਏ ਵੇਖ ਲਿਓ ਇੱਥੇ ਕੱਪੜਾ ਪਤਾ ਲੱਗ ਜੂਗਾ ਅਤੇ ਉਹੀ ਗੱਲ ਫਿਰ ਆ ਵੀ ਜਿੰਨੇ ਦੀ ਤੁਹਾਨੂੰ ਲੱਗਦਾ ਵੀ ਬਾਜ਼ਾਰ 'ਚ ਅਗਲਾ ਇੰਨੇ ਦੀ ਦਿੰਦਾ ਉਦੋਂ ਸਸਤੀ ਦੇਵਾਂਗੇ ਇਹ ਤੁਹਾਨੂੰ ਫਿਰ ਦੱਸ ਦਿੰਦਾ ਵਾਰੀ ਵਾਰੀ ਅਤੇ ਹੋਰ ਆਹ ਲਓ ਬਈ ਲਓ ਬਾਈ ਘੈਂਟ ਘੈਂਟ ਚੀਜ਼ਾਂ ਘੈਂਟ ਘੈਂਟ ਠੀਕ ਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਪਹਿਲਾਂ ਤੁਸੀਂ ਬਾਜ਼ਾਰ ਪਹਿਲਾਂ ਤੁਸੀਂ ਤਿਆਰ ਹੋਵੋਗੇ ਅਤੇ ਤੇਲ ਪਵਾਓਗੇ ਕਿਸੇ ਵੀ ਵਹੀਕਲ ਦੇ ਵਿੱਚ ਅਤੇ ਬਾਜ਼ਾਰ ਜਾਓਗੇ ਫਿਰ ਬਾਜ਼ਾਰ ਜਾਓਗੇ ਤਾਂ ਤੁਹਾਨੂੰ ਵਹੀਕਲ ਲਾਉਣ ਨੂੰ ਜਗ੍ਹਾ ਨਹੀਂ ਮਿਲਣੀ ਰਹੀ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਆਪਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਟ੍ਰੈਫਿਕ ਦੀ ਅੱਜ ਕੱਲ੍ਹ ਪਾਰਕਿੰਗ ਦੀ ਸੋ ਅਤੇ ਦੋ ਗੱਲਾਂ ਹੋ ਗਈਆਂ ਟਾਈਮ ਖਰਾਬ ਕਰੋਗੇ ਬਾਜ਼ਾਰ ਜਾ ਕੇ ਅਤੇ ਆਪਾਂ ਉਹੀ ਚੀਜ਼ ਨਾ ਤਾਂ ਤੁਹਾਡਾ ਟਾਈਮ ਖਰਾਬ ਹੋਊਗਾ ਬਾਹਲਾ ਨਾ ਤੁਹਾਡਾ ਤੇਲ ਲੱਗੂਗਾ ਅਤੇ ਨਾ ਤੁਹਾਨੂੰ ਵਹੀਕਲ ਲਾਉਣ ਦੀ ਪਰੇਸ਼ਾਨੀ ਹੋਊਗੀ ਠੀਕ ਆ ਲਾਈਟਾਂ ਦਾ ਮੁੱਲ ਆ ਉੱਥੇ ਬਾਈ ਬਾਜ਼ਾਰ ਦੇ ਵਿੱਚ ਜਿਵੇਂ ਮੋਲ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਘੈਂਟ ਘੈਂਟ ਵੱਡੀਆਂ ਵੱਡੀਆਂ ਉਹ ਲਾਈਟਾਂ ਜੀ ਆਵਾਂ ਹੁਣ ਆਹ 600-700 ਦੀਆਂ ਹੋਣਗੀਆਂ ਤੁਹਾਨੂੰ ਪਤਾ ਹੀ ਆ ਮੋਲ ਦੇ ਵਿੱਚ ਜਾ ਕੇ ਤੁਸੀਂ ਗਏ ਆ ਸਾਰੇ ਸਿਆਣੇ ਆ ਠੀਕ ਆ ਅਤੇ ਆਪਾਂ ਤੁਹਾਨੂੰ ਦੇਵਾਂਗੇ ਸਸਤੀ ਉਦੋਂ 100 ਰੁਪਈਆ ਜਮ੍ਹਾਂ ਸਸਤੀ ਠੀਕ ਆ ਨਾ ਤਾਂ ਤੁਹਾਡਾ ਟਾਈਮ ਖਰਾਬ ਹੋਊਗਾ ਨਾ ਤੁਹਾਡਾ ਪੈਟਰੋਲ ਡੀਜ਼ਲ ਲੱਗੂਗਾ ਵਹੀਕਲ ਦਾ ਨਾ ਤੁਹਾਡਾ ਟਾਈਮ ਅਤੇ ਨਾ ਸਮਾਂ ਖਰਾਬ ਹੋਊਗਾ ਅਤੇ ਮਿਲੂਗੀ ਸਸਤੀ ਜਮ੍ਹਾਂ ਅਤੇ ਹੋਰ ਆਪਣੇ ਕੋਲ ਘੈਂਟ ਘੈਂਟ ਪਏ ਆ ਕੁਛ ਲਿਆਉਂਦੇ ਆਪਾਂ ਵੱਖਰੇ ਵੱਖਰੇ ਕਾਫੀ ਕੁਛ ਆ ਐਲ ਸਾਈਜ਼ ਕਲਰ ਦੇਖ ਲਓ ਬਾਈ ਜਮ੍ਹਾਂ ਹੈ ਕੋਟਨ ਪਿਓਰ ਕੋਟਨ ਨਾਈਕੀ ਉਹੀ ਚੀਜ਼ ਠੀਕ ਆ ਫਿਰ ਬਾਕੀ ਤੁਸੀਂ ਦੱਸ ਸਕਦੇ ਹੋ ਹੋਰ ਕਿਹੋ ਜਿਹਾ ਮੰਗਵਾਉਣਾ ਚਾਹੁੰਦੇ ਹੋ ਤੁਹਾਨੂੰ ਘਰ ਦੇ ਜਾ ਬੰਦ ਕਰ ਲਓ ਬਾਈ ਅਤੇ ਕੈਪਰੀਆਂ ਗਰਮੀ ਆ ਗਈ ਅਤੇ ਲੋਅਰ ਨਹੀਂ ਪਾਉਂਦੇ ਜਿਹੜੇ ਕੈਪਰੀਆਂ ਪਾਉਂਦੇ ਸ਼ਕੀਨ ਆ ਕੈਪਰੀਆਂ ਵੀ ਲਿਆਉਂਦੀਆਂ ਆਪਾਂ ਔਰ ਕੋਟਨ ਡਬਲ XL ਸਾਈਜ਼ ਬਾਕੀ ਕੈਪਰੀ ਦਾ ਤਾਂ ਬਾਹਲਾ ਸਾਈਜ਼ ਮੈਟਰ ਨਹੀਂ ਕਰਦਾ ਹੈ ਕਿਉਂਕਿ ਛੋਟੇ ਵੱਡੇ ਸਾਰੀ ਚੱਲ ਜਾਂਦੀ ਹੁੰਦੀ ਆ ਇਹ ਬਈ ਬਾਜ਼ਾਰ 'ਚ ਜਿੰਨੇ ਦੀ ਮਰਜ਼ੀ ਹੋਵੇ ਠੀਕ ਆ ਅਤੇ ਤੁਸੀਂ ਆ ਕੇ ਦੱਸ ਦਿਓ ਵੀ ਬਾਜ਼ਾਰ 'ਚ ਇੰਨੇ ਦੀ ਆਪਾਂ ਤੁਹਾਨੂੰ ਸਸਤੀ ਦੇ ਦਾਂਗੇ 200 ਰੁਪਏ ਦੀ ਦੇ ਦਾਂਗੇ ਠੀਕ ਆ ਅਤੇ 200 ਦੀ ਵੈਸੇ ਮਿਲਣੀ ਨਹੀਂ ਕਿਉਂਕਿ ਕੱਪੜਾ ਕੁਪੜਾ ਵੀ ਦੇਖੋ ਆ ਕੇ ਪਤਾ ਲੱਗੂ ਇਹੀ ਯਾਰ ਤੁਸੀਂ ਮੋਲ ਦੇ ਵਿੱਚ ਜਾ ਵੜਿਓ ਬਈ ਲਾਈਟਾਂ ਚੱਲਦੀਆਂ ਲਾਈਟਾਂ ਦਾ ਮੁੱਲ ਉਹ ਬਿੱਲ ਕੱਢਦੇ ਹੁੰਦੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਤੁਸੀਂ ਸਿਆਣੇ ਆ ਠੀਕ ਆ ਕੋਈ ਨਹੀਂ ਤਾਂ ਵਾਈਟ ਆ ਗਈ ਆਪਣੇ ਕੋਲ ਇੱਕ ਹੋਰ ਵਾਈਟ ਦਿਖਾਈਏ ਕੱਢ ਕੇ ਫਿਰ ਸਾਈਜ਼ ਐਲ ਸਾਈਜ਼ ਐਲ ਸਾਈਜ਼ ਬਰੋ ਐਲ ਸਾਈਜ਼ 'ਚ ਐਲ ਸਾਈਜ਼ ਆ ਰੱਖੋ ਬਾਈ ਪੂਰੀਆਂ ਬਾਹਾਂ ਦੀ ਆ ਇਹ ਐਲ ਸਾਈਜ਼ 'ਚ ਗਰਮੀ ਆ ਅਤੇ ਬਾਹਾਂ ਨਹੀਂ ਸੜਦੀਆਂ ਸੋਹਣੀ ਵੀ ਲੱਗਦੀ ਆ ਚਿੱਟੀ ਆ ਐਲ ਸਾਈਜ਼ 'ਚ ਆ ਠੀਕ ਆ ਰੇਟ ਤੁਸੀਂ ਆ ਕੇ ਦੱਸ ਦਿਓ ਬਈ ਆਹ ਕਿੰਨੇ ਦੀ ਆ ਬਾਜ਼ਾਰ 'ਚ ਵੀ ਇੰਨੇ ਦੀ ਆ ਮੋਲ 'ਚ ਇੰਨੇ ਦੀ ਆ ਅਤੇ ਆਪਾਂ 100 ਰੁਪਈਆ 50 ਰੁਪਏ ਸਸਤੀ ਜ਼ਰੂਰ ਦੇਵਾਂਗੇ ਤੁਹਾਨੂੰ ਯਾਰ ਤੁਹਾਨੂੰ ਨਿਰਾਸ਼ ਨਹੀਂ ਕਰਦੇ ਠੀਕ ਆ ਲਓ ਬਾਈ ਕੁਆਲਿਟੀ ਦਾ ਤੁਹਾਨੂੰ ਆ ਕੇ ਪਤਾ ਲੱਗ ਹੀ ਜਾਣਾ ਵਾ ਵੀ ਕਿਵੇਂ ਦੀ ਆ ਕੁਆਲਿਟੀ ਠੀਕ ਆ ਬਾਈ ਬਾਕੀ ਹੋ ਗਿਆ ਬਾਈ 12 ਘੰਟੇ ਰਹਿ ਗਏ ਜਿਹੜੇ ਉਹਨੂੰ ਬਾਅਦ 'ਚੋਂ ਆ ਕੇ ਪਤਾ ਲੱਗ ਜੂ ਵਾਲੇ ਪਏ ਆ ਕੱਪੜੇ ਸਾਰੇ ਦਾ ਹੁਣ ਅਸੀਂ ਦਿਖਾ ਨਹੀਂ ਸਕਦੇ ਹੈ ਨਾ ਤੁਸੀਂ ਆਪ ਹੀ ਸਿਆਣੇ ਆ ਇਹ ਕੱਪੜੇ ਨਹੀਂ ਦਿਖਾਏ ਜਾਣੇ ਵੀਡੀਓ ਲੰਮੀ ਹੋ ਜਾਣੀ ਆ ਆਹ ਲਓ ਬਈ ਐਮ ਸਾਈਜ਼ ਮੈਂ ਕਹਿੰਦਾ ਵੀ ਆਪਾਂ ਖਜ਼ਾਨਾ ਹੀ ਲਿਆਉਂਦਾ ਬਾਬੇ ਕੀ ਲਿਆਂਦਾ ਖਜ਼ਾਨਾ ਆਹ ਕੀ ਬਾਤਾਂ ਸਾਈਜ਼ ਇਹਦੇ 'ਚ ਮੇਰੇ ਹਿਸਾਬ ਨਾਲ 2-3 ਹੋਰ ਹੈਗੀ ਆ ਐਮ XL ਅਤੇ ਐਲ ਸਾਈਜ਼ ਐਮ XL ਅਤੇ ਐਮ ਸਾਈਜ਼ ਐਲ ਸਾਈਜ਼ ਸੋਰੀ ਅਤੇ ਐਮ ਸਾਈਜ਼ ਆ ਦੇਖ ਲਓ ਬਾਈ ਗਿਫਟ ਕਰਨਾ ਕਿਸੇ ਨੇ ਕਿਸੇ ਨੂੰ ਵੀ ਅਤੇ ਆ ਜਾਓ ਵਿਜ਼ਿਟ ਕਰ ਲਿਓ ਆਪਣੇ ਕੋਲ ਠੀਕ ਆ ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਯਾਰ ਬਣਾਈ ਰੱਖੋ ਅਤੇ ਅਹਿਮ ਗੱਲਾਂ ਹੁਣ ਰਹੀਆਂ ਕੁਛ ਕੁ ਕਰ ਲਈਏ ਜੇ ਕਿਸੇ ਨੂੰ ਵੀ ਡਿਮਾਂਡ ਹੈਗੀ ਹੈ ਕੋਈ ਵੀ ਕੱਪੜਾ ਕਿਵੇਂ ਦਾ ਐਵੇਂ ਦਾ ਚਾਹੀਦਾ ਐਵੇਂ ਦਾ ਡਿਜ਼ਾਇਨ ਚਾਹੀਦਾ ਹੈ ਨਾ
ਜਾਂ ਐਵੇਂ ਦੀ ਲੋਅਰ ਚਾਹੀਦੀ ਆ, ਇੱਦਾਂ ਇਹਦੇ 'ਚ ਕੱਪੜਾ ਚਾਹੀਦਾ ਜੀ, ਜਾਂ ਕਲਰ ਚਾਹੀਦਾ, ਸਾਰਾ ਤੁਸੀਂ ਆ ਜਾਓ ਆਪਣੇ ਕੋਲ ਇੱਥੇ ਘਰ ਆ ਜਾਓ ਅਤੇ ਦੱਸ ਦਿਓ ਆਪਾਂ ਨੂੰ, ਆਪਾਂ ਤੁਹਾਨੂੰ ਉਹ ਪ੍ਰੋਵਾਈਡ ਕਰਵਾ ਦਾਂਗੇ, ਠੀਕ ਆ, ਲੈ ਕੇ ਆਵਾਂਗੇ, ਹਫ਼ਤੇ ਹਫ਼ਤੇ ਬਾਅਦ ਕੱਪੜੇ ਲਿਆਉਣੇ ਆ, ਠੀਕ ਆ, ਅਤੇ ਆਇਓ ਬਾਈ ਜ਼ਰੂਰ ਇੱਕ ਵਾਰੀ, ਕੱਪੜੇ ਵੇਖ ਕੇ ਜਾਇਓ, ਠੀਕ ਆ, ਪਸੰਦ ਆਉਣਾ ਨਾ ਆਉਣਾ ਤਾਂ ਤੁਹਾਡੀ ਮਰਜ਼ੀ, ਅਗਲੇ ਦੀ ਅੱਡੋ ਅੱਡ ਚੁਆਇਸ ਹੁੰਦੀ ਆ, ਇੱਕ ਵਾਰੀ ਜ਼ਰੂਰ ਆਇਓ, ਵਿਜ਼ਿਟ ਕਰਿਓ ਆਪਣੇ ਕੋਲ, ਦੇਖ ਲਿਓ ਕੱਪੜਾ ਕਿਵੇਂ ਦਾ ਅਤੇ ਲੈ ਕੇ ਜਾਓ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਅੱਗੇ ਤਾਂ ਕਿਤੇ, ਲੋਕੇਸ਼ਨ ਆਪਣੀ ਨੋਰਮਲ ਤਾਂ ਸਾਰਿਆਂ ਨੂੰ ਪਤਾ, ਫਿਰ ਵੀ ਦੱਸ ਦਿੰਦੇ ਹਾਂ, ਪਿੰਡ ਰੋਡੇ ਅਤੇ ਸਮਾਲਸਰ ਵਾਲੇ ਰਾਹ 'ਤੇ ਘਰ ਆ, ਫਿਰਨੀ ਤੋਂ ਥੋੜ੍ਹੀ ਜਿਹੀ ਦੂਰ ਆ ਕਿੱਲਾ ਕਬਾੜ 'ਤੇ, ਅਤੇ ਸਮਾਲਸਰ ਵਾਲੇ ਰਾਹ 'ਤੇ ਪਿੰਡ ਰੋਡ, ਠੀਕ ਆ, ਓਕੇ ਬਾਈ, ਓਕੇ ਬਾਈ, ਅਤੇ ਵੀਡੀਓ ਪੂਰੀ ਵਾਚ ਕਰਨ ਲਈ, ਸਾਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ, ਅਤੇ ਵੀਡੀਓ ਨੂੰ ਫਿਰ ਸ਼ੇਅਰ ਕਰ ਦਿਓ, ਪਿਆਰ ਬਣਾਈ ਰੱਖਿਓ, ਅਤੇ ਕੱਪੜੇ ਆਪਾਂ ਹੋਰ ਲੈ ਕੇ ਆਵਾਂਗੇ, ਬਾਕੀ ਹੋਰ ਵੇਖ ਲਿਓ, ਆ ਕੇ ਪਤਾ ਲੱਗ ਜੂਗਾ ਕਾਫੀ ਪਏ ਆ, ਠੀਕ ਆ, ਇਹ ਤਾਂ ਬਈ ਹਲੇ ਆਪਣਾ ਹੈਗਾ ਪਹਿਲਾ ਪਹਿਲਾ ਸਟੋਕ, ਠੀਕ ਆ, ਜਦੋਂ ਇਹ ਸੇਲ ਹੋਦਾ ਨੈਕਸਟ ਟਾਈਮ ਆਪਾਂ ਲੈ ਕੇ ਆਵਾਂਗੇ ਤਾਂ ਔਫਰ ਵੀ ਰੱਖਾਂਗੇ, ਅਤੇ ਨਾਲ ਮਤਲਬ ਗਿਫਟ ਵੀ ਰੱਖਾਂਗੇ ਕਾਫੀ, ਅਤੇ ਕਿਸੇ ਕਿਸੇ ਹਿਸਾਬ ਨਾਲ ਸਾਰਾ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਜਦੋਂ ਅਗਲਾ ਸਟੋਕ ਲੈ ਕੇ ਆਵਾਂਗੇ, ਠੀਕ ਆ ਬਈ, ਅਤੇ ਇੰਨੇ ਕੁ ਲਈ, ਇੰਨਾ ਸਮਾਂ ਉਨਾ ਸਮੇਂ ਲਈ ਧੰਨਵਾਦ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਰੀ ਵਾਰੀ, ਰਿਕੁਐਸਟ ਆ ਤੁਹਾਡੇ ਮੂਹਰੇ, ਬੇਨਤੀ ਹੱਥ ਜੋੜ ਕੇ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ।